ਜ਼ਿਲ੍ਹਾ ਫਾਜ਼ਿਲਕਾ 'ਚ ਹਾਈਕੋਰਟ ਦੇ ਆਦੇਸ਼ਾਂ ਨੂੰ ਛਿੱਕੇ ਟੰਗ ਕੇ ਨਿਯਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਜਿਹਦੇ 'ਚ ਵੱਡੇ ਸਤਰ 'ਤੇ ਸ਼ਰਾਬ ਦੇ ਨਾਜਾਇਜ਼ ਠੇਕੇ ਚੱਲ ਰਹੇ ਨੇ। ਮੇਰਾ ਬਿੱਲ ਦਿੱਤੇ ਪ੍ਰਿੰਟ ਡੇਟ ਤੋਂ ਦੁਗਰੇ ਦਾਮਾਂ 'ਚ ਸ਼ਰਾਬ ਵੀ ਵਿਕ ਰਹੀ ਹੈ। ਆਬਕਾਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਇਸ ਮੁੱਦੇ 'ਤੇ ਬਿਲਕੁਲ ਚੁੱਪੇ ਸਾਧੇ ਹੋਏ ਹੈ। ਕਦੋਂ ਦਾ ਖੋਲਿਆ ਆ? 3 ਮਹੀਨੇ ਹੋ ਗਏ। ਕੋਈ ਹੈਗੀ ਹੱਥ 'ਚ ਮਨਜ਼ੂਰੀ ਹੈਗੀ ਤੇਰੇ ਕੋਲ ਸ਼ਰਾਬ ਚੁੱਕੇ ਆਉਣ ਦੀ? ਇੱਥੇ ਇਹ ਬਾਹੂ ਨੂੰ ਪਤਾ, ਠੇਕੇ ਵਾਲਿਆਂ ਨੂੰ ਕੋਈ ਮਹੀਨਾ ਮੁੰਨਾ ਦੇਣਾ ਹੱਥ 'ਤੇ ਦਾ? ਅਤੇ ਜੀ ਅਸੀਂ ਹੈਗੇ ਖਾਣ ਪੀਣ ਵਾਲੇ ਬੰਦੇ, ਸਾਡੇ ਤੋਂ ਇਹ ਦੁੱਗਣੇ ਰੇਟ ਲਈ ਜਾਂਦੇ ਆ। ਉੱਥੇ ਲਿਖਿਆ 450 ਬੋਤਲ ਦੇ, ਇਹ 550-600 ਵੀ ਲਈ ਜਾਂਦੇ ਆ। ਜਦੋਂ ਸੁਪਰੀਮ ਕੋਰਟ ਦੇ ਆਰਡਰ ਆ ਵੀ ਜਿਹੜਾ ਰੇਟ ਆ ਉਹਨਾਂ ਲਓ, ਇਹ ਸਾਡੇ ਤੋਂ ਵੱਧ ਲਈ ਜਾਂਦੇ। ਅਸੀਂ ਗਰੀਬ ਬੰਦੇ ਆ ਜੀ, ਸਾਡੇ ਤੋਂ ਨਹੀਂ ਦਿੱਤੇ, ਧੱਕਾ ਕਰੀ ਜਾਂਦੇ ਆ। ਤੁਸੀਂ ਕਦੇ ਇਹਨਾਂ ਕੋਲ ਬਿੱਲ ਬੁੱਲ ਮੰਗਿਆ? ਮੰਗਿਆ ਬੜੀ ਵਾਰੀ, ਦਿੱਤਾ ਹੀ ਨਹੀਂ ਇਹਨਾਂ ਨੇ ਕਦੀ। ਪਹਿਲੀ ਦਿੰਦੇ? ਨਾ ਜੀ ਨਾ। ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਲੁੱਟ ਇੰਨੀ ਕੁ ਚੱਲ ਰਹੀ ਹੈ, ਸਮਝ ਨਹੀਂ ਆ ਰਿਹਾ। ਦਾਰੂ ਪ੍ਰਿੰਟ ਰੇਟ 300 ਹੈ ਅਤੇ ਦਿੰਦੇ 550 ਰੁਪਏ ਦੀ ਹੈ। ਜੇ ਕੋਈ ਗੱਲ ਕਰੋ ਬਿੱਲ ਬੁੱਲ ਦੇ ਦਿਉ ਤਾਂ ਕੋਈ ਬਿੱਲ ਦਾ ਨਾਂ ਨਹੀਂ, ਕੋਈ ਕਹਿਣ ਲਈ ਨਹੀਂ ਹੈ। ਸ਼ਰੇਆਮ ਲੁੱਟ ਹੈ ਜੀ, ਕਹਿਣ ਨੂੰ ਜੋ ਮਰਜ਼ੀ ਕਹੀ ਜਾਈ ਜੀ। ਅਗਲਾ ਨੂੰ ਕਹਿਣਾ ਤਾਂ ਕਹਿੰਦੇ ਜਿੱਥੇ ਜਾਣਾ ਜਾਓ, ਚਲੇ ਜਾਓ, ਕਰ ਲਓ ਜੋ ਕਰਨਾ, ਕੀ ਹੁੰਦਾ ਤੁਹਾਡੇ ਕੋਲ, ਕੀ ਕਰੇਗਾ ਕੋਈ? ਇਹ ਕੋਈ ਸ਼ਰੇਆਮ ਧਾਂਦਲੀ ਹੈਗੀ ਹੈ ਜੀ। ਸ਼ਰਾਬ ਵਾਲਿਆਂ ਨੇ ਤਾਂ ਆਪਦੀ ਲੁੱਟ ਮਚਾਈ ਹੋਈ ਹੈ, 200 ਵਾਲੀ, 400 ਦੀ, 200 ਦੀ, 500 ਦੀ, ਕੋਈ ਰੇਟ ਪ੍ਰਿੰਟ ਰੇਟ ਦਾ ਉਹ ਮੰਨ ਕੇ ਰਾਜੀ ਨਹੀਂ। ਬਿੱਲ ਮੰਗੋ, ਕਹਿੰਦੇ ਜੀ ਬਿੱਲ ਹੈ ਨਹੀਂ, ਕਹਿੰਦਾ ਬਿੱਲ ਲੈਣੀ ਲੈ, ਉਹਨੇ ਤਾਂ ਚਲੇ ਜਾਓ। ਅਸੀਂ ਆ ਜਿਹਨਾਂ ਨੇ ਖਾਣ ਪੀਣ ਵਾਲੇ ਸ਼ੌਕੀਨ ਹੁੰਦੇ ਜੀ, ਉਹਨਾਂ ਨੇ ਫਿਰ ਕੀ ਕਰਨਾ, ਮਜਬੂਰੀ ਲਈ ਲੈਂਦੇ ਹੀ ਹੈ। ਕੋਈ ਇਹਦੀ ਸੁਣਵਾਈ ਹੈ ਹੀ ਨਹੀਂ, ਅਫਸਰਾਂ ਦੀਆਂ ਨੱਕ ਦੇ ਥੱਲੇ ਸਾਰਾ ਕੁਝ ਹੋ ਰਿਹਾ। ਕਿਆ ਡਿਪਾਰਟਮੈਂਟਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਆ ਚੀਜ਼ ਇੰਨੇ 'ਚ ਵਿਕਰੀ ਹੈ ਜਾਂ ਕਿ ਕਰਨ ਦੇਖਣ ਬਿੱਲ 'ਚ ਕਰਨ ਬਿੱਲ ਬੁੱਕ ਆ ਕਿਸੇ ਠੇਕੇ 'ਤੇ ਕੋਈ ਬਿੱਲ ਬੁੱਕ ਪਈ ਹੈ? ਕੋਈ ਕਿਸੇ ਕੋਲ ਬਿੱਲ ਬੁੱਕ ਹੈ ਨਹੀਂ ਜੀ, ਕਹਿੰਦੇ ਬਿੱਲ ਬੁੱਕ ਹੀ ਹੈ ਨਹੀਂ। ਕੋਈ ਪਤਾ ਨਹੀਂ ਜੀ ਇਹ ਕਿਹੜੀ ਫਰਮ ਦਾ ਇੱਥੇ ਠੇਕਾ, ਕਿਹੜੀ ਫਰਮ ਦਾ ਇੱਥੇ ਠੇਕਾ, ਨਜਾਇਜ਼ ਠੇਕੇ ਚੱਲੀ ਜਾ ਰਹੇ ਹੈ, 2 ਨੰਬਰ ਦੀ ਸ਼ਰਾਬ ਸਾਰੀ ਵਿਕੀ ਜਾ ਰਹੀ ਹੈ। ਅਤੇ ਕੋਈ ਦੂਸਰਾ ਤੇਰੇ ਮੇਰੇ ਵਰਗਾ ਜੋ ਸ਼ਰੀਫ ਬੰਦਾ ਉਹ ਜੀ ਗੱਲ ਕਰਦਾ, ਤਾਂ ਉਹਦੇ ਗੱਲ ਪੈਣ ਨੂੰ ਕਰਿੰਦੇ ਆਉਂਦੇ ਹੈ। ਉਹ ਤਾਂ ਮਾਰਕੁੱਟ ਨੂੰ ਤਿਆਰ ਹੁੰਦੇ ਜੀ, ਬੈਠੇ ਭੱਜਦੇ, ਡਾਂਗ ਫੜੀਏ, ਕੀ ਕਰੋਗੇ ਜੀ? ਕੁਛ ਨਹੀਂ ਕਰ ਸਕਦੇ, ਕੋਈ ਜਵਾਬਦੇਹੀ ਹੈ ਨਹੀਂ ਕਿਸੇ ਦੀ। ਇਲਾਕਾ ਨਿਵਾਸੀ ਇਹ ਜਿਹੜੀ ਸਮੱਸਿਆ ਆ, ਆ ਜਿਹੜੀ ਠੇਕੇ ਥਾਂ ਥਾਂ 'ਤੇ ਠੇਕੇ ਖੁੱਲ੍ਹੇ ਆ, ਠੇਕਿਆਂ ਦੀਆਂ ਉਹਨਾਂ ਦੀ ਬ੍ਰਾਂਚਾਂ ਦੇ ਕੋਈ ਲਾਇਸੈਂਸ ਨਹੀਂ ਹੈਗੇ, ਕੋਈ ਉਹਨਾਂ ਦੀ ਬਿਲਿੰਗ ਨਹੀਂ ਹੁੰਦੀ, ਅਤੇ ਉਹ ਨਜਾਇਜ਼ ਤੌਰ 'ਤੇ ਜਿਹੜਾ ਸ਼ਰਾਬਾਂ ਵੇਚਦੇ ਨੇ, ਇਹ ਬਿਲਕੁਲ ਇਸ ਚੀਜ਼ ਦੇ ਖਿਲਾਫ ਆ। ਇਹ ਪਰੇਸ਼ਾਨ ਨੇ ਲੋਕ, ਇਲਾਕੇ ਦੇ ਸਰਪੰਚ, ਇਲਾਕੇ ਦੇ ਜਿਹੜੀਆਂ ਪੰਚਾਇਤਾਂ ਨੇ ਉਹ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਨੇ, ਅਤੇ ਇਹ ਜਿਹੜਾ ਕਾਨੂੰਨ ਮੁਤਾਬਕ ਹੋਣਾ ਚਾਹੀਦਾ। ਜਦੋਂ ਕਿ ਹਾਈਕੋਰਟ ਦਾ ਇਹ ਹੈਗਾ ਆ ਆਦੇਸ਼ ਨੇ, ਉਹਨਾਂ ਦੀ ਪਾਲਣਾ ਕਿਉਂ ਨਹੀਂ ਹੋ ਰਹੀ? ਕਿਉਂ ਇਹ ਸਾਰਾ ਅਨਲੀਗਲ ਹੋ ਰਿਹਾ ਕੰਮ, ਅਤੇ ਇਹਦੇ ਵਿੱਚ ਪ੍ਰਸ਼ਾਸਨ ਕਿਉਂ ਨਹੀਂ ਗਾ ਸੁਚੇਤ ਇਹਦੇ ਪ੍ਰਤੀ? ਇਹ ਲੋਕ ਸਾਰੇ ਪਰੇਸ਼ਾਨ ਨੇ। ਇਹ ਪਰੇਸ਼ਾਨੀਆਂ, ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ, ਮੰਗ ਆ ਕਿ ਇਹ ਪਰੇਸ਼ਾਨੀਆਂ ਲੋਕਾਂ ਨੂੰ ਦੂਰ ਕੀਤੀਆਂ ਜਾਣ, ਇਹ ਜਿਹੜਾ ਨਜਾਇਜ਼ ਠੇਕੇ ਦਾ ਕਾਰੋਬਾਰ ਆ ਇਹ ਦੂਰ ਕੀਤਾ ਜਾਵੇ। ਹੋਰ ਅਸੀਂ ਫੀਲਡ ਸਟਾਫ ਨੂੰ ਇੰਸਟਰਕਸ਼ਨਾਂ ਜਾਰੀ ਕਰਦੇ ਹਾਂ, ਲੈਟਰ ਲਿਖ ਕੇ, ਅਤੇ ਉਹ ਉਹਨਾਂ 'ਤੇ ਕਾਰਵਾਈ ਕਰਕੇ ਸਾਹਮਣੇ ਆ। ਸਰ ਇਹ ਕਿੰਨੀ ਕੁ ਗਿਣਤੀ ਹੈਗੀ ਜਿਹੜੇ ਨਜਾਇਜ਼ ਠੇਕੇ ਨੇ? ਇਹ ਗਿਣਤੀ ਤੋਂ ਮੈਂ ਨਹੀਂ ਤੁਹਾਨੂੰ ਦੱਸ ਸਕਦਾ, ਤੁਹਾਨੂੰ ਜਿਹੜੀ ਸਾਨੂੰ ਕੰਪਲੇਂਟ ਆਉਂਦੀ ਉਸ 'ਤੇ ਅਸੀਂ ਕਾਰਵਾਈ ਕਰਦੇ ਹਾਂ। ਬਾਕੀ ਜਿਹੜੇ ਮਨਜ਼ੂਰਸ਼ੁਦਾ ਠੇਕੇ ਉਹਨਾਂ ਦੀ ਅਸੀਂ ਤੁਹਾਨੂੰ ਲਿਸਟ ਦੇ ਸਕਦੇ। ਹਾਂਜੀ, ਇੱਕ ਜਿਹੜੇ ਮਨਜ਼ੂਰਸ਼ੁਦਾ ਜਿੰਨੇ ਠੇਕੇ ਉਹ ਨਾਲ ਆਪਣੀ ਕਿੰਨੀਆਂ ਬ੍ਰਾਂਚਾਂ ਜਿਹੜੀ ਖੋਲ ਸਕਦੇ? ਬ੍ਰਾਂਚਾਂ ਨਹੀਂ ਖੋਲ ਸਕਦੇ, ਕਾਫੀ ਹਰ ਜਗ੍ਹਾ ਦੇ ਉੱਤੇ ਉਹਨਾਂ ਨੇ ਨਾਲ ਬ੍ਰਾਂਚਾਂ ਖੁੱਲ੍ਹੀਆਂ ਹੋਈਆਂ। ਇਹ ਮੇਰੀ ਨੌਲੇਜ 'ਚ ਨਹੀਂ ਹੈ, ਫਿਰ ਸਾਨੂੰ ਜੋ ਵੀ ਤੁਹਾਨੂੰ ਦੱਸਿਆ ਵੀ ਕੰਪਲੇਂਟ ਆਉਂਦੀ ਆਪਾਂ ਉਸ 'ਤੇ ਕਾਰਵਾਈ ਕਿਸੇ ਵੇਲੇ ਕਰ ਲਵਾਂਗੇ। ਸਰ ਹਾਈਕੋਰਟ ਦੀ ਇੰਸਟਰਕਸ਼ਨਾਂ ਨੇ ਵੀ ਹਰ ਸ਼ਰਾਬ ਦੇ ਨਾਲ ਬਿੱਲ ਦਿੱਤਾ ਜਾਵੇ, ਇੱਥੇ ਕਿਉਂ ਨਹੀਂ ਲਾਗੂ? ਅਸੀਂ ਸਾਰੀ ਆਪਣੇ ਕੋਲੋਂ ਛੁਪਾ ਕੇ ਇੱਕ ਕਾਪੀ ਉਹਨਾਂ ਨੂੰ ਦਿੱਤੀ ਹੈਗੀ ਹੈ, ਬਾਕੀ ਕਾਪੀਆਂ ਉਹਨਾਂ ਨੂੰ ਛੁਪਾਉਣ ਲਈ ਕਿਹਾ ਹੈਗਾ। ਮੈਂ ਚੈੱਕ ਵੀ ਕੀਤਾ ਕਈ ਜਗ੍ਹਾ, ਜਿਹੜੇ ਜਿੱਥੇ ਮੈਂ ਚੈੱਕ ਕੀਤਾ ਉਹਨਾਂ ਨੇ ਇਸ਼ੂ ਕੀਤੇ ਹੋਏ ਆ ਬਿੱਲ। ਬਾਕੀ ਜੇ ਕੋਈ ਇਹੋ ਜਿਹੀ ਗੱਲ ਹੈ ਤਾਂ ਉਹਦੇ ਅਸੀਂ 3-4 ਠੇਕਿਆਂ ਦੇ ਚਲਾਨ ਵੀ ਕੀਤੇ ਹੈਗੇ ਆ, ਜਿਹੜੇ ਕਲੈਕਟਰ ਸਾਹਿਬ ਕੋਲ ਉਹਨਾਂ ਖਿਲਾਫ਼ ਕਾਰਵਾਈ ਕਰਨ ਲਈ ਕਹਿੰਦੇ ਗਏ। ਤਾਂ ਕਾਫੀ ਲੋਕਾਂ ਦੀ ਕੰਪਲੇਂਟ ਹੈ ਵੀ MRP ਜਿਵੇਂ 300 ਹੈ ਅਤੇ ਉਹਨਾਂ ਕੋਲੋਂ 550-600 ਰੁਪਈਏ ਤੱਕ ਡਬਲ ਰੇਟ ਜਿਹੜੇ ਵਸੂਲੇ ਜਾ ਰਹੇ ਆ। ਇਹ ਮੇਰੀ ਨੌਲੇਜ 'ਚ ਨਹੀਂ ਹੈ, ਅਸੀਂ ਵੇਲੇ ਕੁ ਵੇਲੇ ਜਿਹੜੇ ਰੇਟ ਚੈੱਕ ਕਰਦੇ ਰਹਿੰਦੇ ਹਾਂ, ਅਤੇ ਜੇ ਕੋਈ ਕਿਤੇ ਸਾਨੂੰ ਇਹ ਪ੍ਰੋਬਲਮ ਨਜ਼ਰ ਆਉਂਦੀ ਉਹਦਾ ਠੇਕੇਦਾਰ ਦਾ ਚਲਾਨ ਕੀਤਾ ਜਾਂਦਾ। ਪਰ ਦੇਖੇਗਾ ਕਿ ਸਾਡੇ ਜਿਹੜੇ ਹਾਈਵੇ ਦੇ ਠੇਕੇ ਹੈਗੇ ਉਹ ਮਿਊਂਸੀਪਲ ਕਮੇਟੀਆਂ ਦੇ ਵਿੱਚ ਖੋਲ੍ਹੇ ਗਏ ਹੈਗੇ ਆ, ਅਤੇ ਉਸ ਤੋਂ ਬਾਹਰ ਜਿਹੜੇ ਹੈਗੇ ਜਿੱਥੇ ਕੋਈ ਛੋਟੀ ਕਮੇਟੀ ਹੈ ਉੱਥੇ 220 ਮੀਟਰ 'ਤੇ ਇੰਸਟਰਕਸ਼ਨ ਦਿੱਤੀਆਂ ਗਈਆਂ ਖਿਲਾਉਣ ਦੀਆਂ। ਮੇਰੇ ਕੋਲ ਜਿਹੜੇ ਹੈਗੇ ਸਾਰੇ ਠੇਕਿਆਂ ਦੇ ਜਿਹੜੇ ਨਕਸ਼ੇ ਆ ਰਹੇ ਆ ਉਹ ਮੈਂ ਚੈੱਕ ਕਰਕੇ ਉਹਨਾਂ ਨੂੰ ਪਾਸ ਕਰ ਰਿਹਾ ਠੇਕਿਆਂ ਦੇ। ਬ੍ਰਾਂਚਿਸ ਜਿਹੜੀਆਂ ਨਜਾਇਜ਼ ਖੁੱਲ੍ਹੀਆਂ ਉਹਨਾਂ ਖਿਲਾਫ਼ ਕੀ ਕਾਰਵਾਈ ਕੀਤੀ ਜਾਵੇ? ਉਹਨਾਂ ਖਿਲਾਫ਼ ਉਹ ਬੰਦ ਕਰਵਾਈਆਂ ਜਾ ਰਹੀਆਂ, ਅਤੇ ਖੁੱਲ੍ਹੀ ਮਿਲਦੀ ਹੈ ਤਾਂ ਉਹਨਾਂ ਦੀ ਜਿਹੜੀ ਹੈਗੀ ਚਲਾਨ ਕਰਕੇ ਜੀ DT ਸਾਹਿਬ ਨੂੰ ਭੇਜ ਦਿੱਤਾ।
ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।